ਜਿਵੇਂ ਤੁਸੀਂ ਕਿਹਾ ਵੀ ਕੈਂਡੀਡੇਟ ਤੁਸੀਂ ਦੇਖ ਰਹੇ ਹੋ, ਕੋਈ ਬਲਕੌਰ ਸਿੰਘ ਜੀ ਨੇ ਇੱਛਾ ਜਤਾਈ ਹੈ ਕੋਈ ਚੋਣ ਵਾਸਤੇ ਜਾਂ ਨਹੀਂ? ਨਹੀਂ, ਬਲਕੌਰ ਸਿੰਘ ਜੀ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ। ਅਗਰ ਬਲਕੌਰ ਸਿੰਘ ਜੀ ਇੱਛਾ ਜਤਾਉਣਗੇ ਜਾਂ ਉਹਨਾਂ ਦੀ ਇੱਛਾ ਹੋਏਗੀ, ਹਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ, ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ। ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਹੀ। ਅਗਰ ਬਲਕੌਰ ਸਿੰਘ ਜੀ, ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ, ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ। ਇਹ ਪਰਿਵਾਰ ਦਾ ਡਿਸੀਜਨ ਹੈ। ਮੈਂ ਪਹਿਲੇ ਦਿਨ ਕੋ ਕਿਹਾ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ, ਦੋਸਤਾਨਾ ਸੰਬੰਧ ਸੀਗਾ, ਪਿਆਰ ਸੀਗਾ, ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ। ਸ਼ੁਭ ਦੀ ਪਾਪ ਚਾਹੁੰਦੇ ਸਨ ਚੁਣਾਵ ਲੜਨਾ, ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ, ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ। ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ, ਤਾਂ ਬਿਲਕੁਲ ਮੋਸਟ ਵੈਲਕਮ। ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ, ਜਿਵੇਂ ਤੁਸੀਂ ਕਿਹਾ ਵੀ ਕੈਂਡੀਡੇਟ ਤੁਸੀਂ ਦੇਖ ਰਹੇ ਹੋ, ਕੋਈ ਬਲਕੌਰ ਸਿੰਘ ਜੀ ਨੇ ਇੱਛਾ ਜਤਾਈ ਹੈ ਕੋਈ ਚੋਣ ਵਾਸਤੇ ਜਾਂ ਨਹੀਂ? ਨਹੀਂ, ਬਲਕੌਰ ਸਿੰਘ ਜੀ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ। ਅਗਰ ਬਲਕੌਰ ਸਿੰਘ ਜੀ ਇੱਛਾ ਜਤਾਉਣਗੇ ਜਾਂ ਉਹਨਾਂ ਦੀ ਇੱਛਾ ਹੋਏਗੀ, ਹਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ, ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ। ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਹੀ। ਅਗਰ ਬਲਕੌਰ ਸਿੰਘ ਜੀ, ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ, ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ। ਇਹ ਪਰਿਵਾਰ ਦਾ ਡਿਸੀਜਨ ਹੈ। ਮੈਂ ਪਹਿਲੇ ਦਿਨ ਕੋ ਕਿਹਾ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ, ਦੋਸਤਾਨਾ ਸੰਬੰਧ ਸੀਗਾ, ਪਿਆਰ ਸੀਗਾ, ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ। ਸ਼ੁਭ ਦੀ ਪਾਪ ਚਾਹੁੰਦੇ ਸਨ ਚੁਣਾਵ ਲੜਨਾ, ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ, ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ। ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ, ਤਾਂ ਬਿਲਕੁਲ ਮੋਸਟ ਵੈਲਕਮ। ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਆਉਂਦੇ। ਜਿਵੇਂ ਤੁਸੀਂ ਕਿਹਾ ਵੀ ਕੈਂਡੀਡੇਟ ਤੁਸੀਂ ਦੇਖ ਰਹੇ ਹੋ, ਕੋਈ ਬਲਕੌਰ ਸਿੰਘ ਜੀ ਨੇ ਇੱਛਾ ਜਤਾਈ ਹੈ ਕੋਈ ਚੋਣ ਵਾਸਤੇ ਜਾਂ ਨਹੀਂ? ਨਹੀਂ, ਬਲਕੌਰ ਸਿੰਘ ਜੀ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ। ਅਗਰ ਬਲਕੌਰ ਸਿੰਘ ਜੀ ਇੱਛਾ ਜਤਾਉਣਗੇ ਜਾਂ ਉਹਨਾਂ ਦੀ ਇੱਛਾ ਹੋਏਗੀ, ਹਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ, ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ। ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਹੀ। ਅਗਰ ਬਲਕੌਰ ਸਿੰਘ ਜੀ, ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ, ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ। ਇਹ ਪਰਿਵਾਰ ਦਾ ਡਿਸੀਜਨ ਹੈ। ਮੈਂ ਪਹਿਲੇ ਦਿਨ ਕੋ ਕਿਹਾ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ, ਦੋਸਤਾਨਾ ਸੰਬੰਧ ਸੀਗਾ, ਪਿਆਰ ਸੀਗਾ, ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ। ਸ਼ੁਭ ਦੀ ਪਾਪ ਚਾਹੁੰਦੇ ਸਨ ਚੁਣਾਵ ਲੜਨਾ, ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ, ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ। ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ, ਤਾਂ ਬਿਲਕੁਲ ਮੋਸਟ ਵੈਲਕਮ। ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਆਉਂਦੇ।